ਉਸ਼ੋ ਦੇ ਲੈਕਚਰ ਦੂਸਰਾ ਸੂਤਰ ਹੈ ਗਿਆਨ ਤੋਂ ਤੋੜਨਾ ਆਪਣੇ ਆਪ ਨੂੰ ਤੇ ਪ੍ਰੇਮ ਨਾਲ ਜੋੜਨਾ ਇਹ ਜਾਣਨ ਦਾ ਭਾਵ ਭੁੱਲ ਜਾਓ ਤੇ ਪ੍ਰੇਮ ਕਰਨ ਦਾ ਭਾਵ ਜਾਣ ਲਓ ਜਾਣਨ ਵਾਲਾ ਨਹੀਂ ਜਾਣ ਪਾਂਦਾ ਤੇ ਪ੍ਰੇਮ ਕਰਨ ਵਾਲਾ ਜਾਣ ਲੈਂਦਾ ਪਰ ਅਸੀਂ ਕੁਝ ਇੰਜ ਹਜ਼ਾਰਾਂ ਹਜ਼ਾਰਾਂ ਸਾਲਾਂ ਤੋਂ ਪ੍ਰੇਮ ਦੇ ਵਿਰੋਧ ਵਿੱਚ ਪਾਏ ਗਏ ਆ ਜਿਹਦਾ ਕੋਈ ਹਿਸਾਬ ਨਹੀਂ ਗਿਆਨ ਦੇ ਹੱਕ ਵਿੱਚ ਤੇ ਪ੍ਰੇਮ ਦੇ ਵਿਰੋਧ ਵਿੱਚ ਪਾਏ ਗਏ ਆ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਗਿਆਨ ਦੇ ਵਿਰੋਧ ਚ ਪ੍ਰੇਮ ਨਾਲ ਜੀਵਨ ਚ ਗਤੀ ਕਰੋ ਪ੍ਰੇਮ ਚ ਚਰਨ ਰੱਖੋ ਜਦੋਂ ਪ੍ਰੇਮ ਦੀ ਦਿਸ਼ਾ ਵਿੱਚ ਮਨ ਦਾ ਵਹਿਣ ਹੋ ਜਾਏਗਾ ਤਾਂ ਪਰਮਾਤਮਾ ਤੋਂ ਜ਼ਿਆਦਾ ਨੇੜੇ ਵੀ ਕੋਈ ਨਹੀਂ ਹੈ ਤੇ ਜੇਕਰ ਗਿਆਨ ਦੀ ਦਿਸ਼ਾ ਚ ਬੁੱਧੀ ਕੰਮ ਕਰਨ ਲੱਗੇਗੀ ਤਾਂ ਪਰਮਾਤਮਾ ਤੋਂ ਜ਼ਿਆਦਾ ਦੂਰ ਵੀ ਕੋਈ ਨਹੀਂ ਵਿਗਿਆਨ ਕਦੇ ਪਰਮਾਤਮਾ ਨੂੰ ਨਹੀਂ ਜਾਣ ਸਕੇਗਾ ਕਿਉਂਕਿ ਵਿਗਿਆਨ ਦੀ ਖੋਜ ਕਿਸੇ ਅਖੌਤੀ ਗਿਆਨ ਦੀ ਖੋਜ ਹੈ ਇਸ ਲਈ ਵਿਗਿਆਨ ਜਿੰਨਾ ਵੱਧਦਾ ਜਾਂਦਾ ਹੈ ਉਹ ਕਹਿੰਦਾ ਹੈ ਕਿ ਰੱਬ ਕਿਤੇ ਨਹੀਂ ਹੈ ਸਾਇੰਸ ਜਿੰਨੀ ਵੱਧਦੀ ਜਾਂਦੀ ਹੈ ਉਹ ਕਹਿੰਦੀ ਹੈ ਕਿ ਨਹੀਂ ਕਿਤੇ ਕੋਈ ਈਸ਼ਵਰ ਨਹੀਂ ਮਿਲਦਾ ਕੋਈ ਈਸ਼ਵਰ ਨਹੀਂ ਹੈ ਈਸ਼ਵਰ ਗਿਆ ਵਿਗਿਆਨ ਉਸ ਅਖੋਤੀ ਗਿਆਨ ਦੀ ਅੰਤਿਮ ਸਿਖਰ ਹੈ ਪਰ ਪ੍ਰੇਮ ਤਾਂ ਪੈਰ ਪੈਰ ਤੇ ਪਰਮਾਤਮਾ ਨੂੰ ਪਾਉਂਦਾ ਹੈ ਪ੍ਰੇਮ ਤਾਂ ਮਿਲ ਵੀ ਨਹੀਂ ਸਕਦਾ ਬਿਨਾ ਪਰਮਾਤਮਾ ਦੇ ਪਰ ਪ੍ਰੇਮ ਦੀ ਭਾਸ਼ਾ ਨੂੰ ਗਣਿਤ ਸ਼ਾਸਤਰੀ ਕਿਵੇਂ ਸਮਝੇਗਾ ਗਿਆਨੀ ਕਿਵੇਂ ਸਮਝੇਗਾ ਪ੍ਰੇਮ ਦੀ ਭਾਸ਼ਾ ਉਹਦੀ ਸਮਝ ਬਿਲਕੁਲ ਨਹੀਂ ਆਉਂਦੀ ਇੱਕ ਫਕੀਰ ਸੀ ਉਹ ਪ੍ਰੇਮ ਦੇ ਗੀਤ ਗਾਉਂਦਾ ਸੀ ਤੇ ਪ੍ਰੇਮ ਦੀ ਗੱਲ ਕਰਦਾ ਸੀ ਬਹੁਤ ਲੋਕ ਉਹਨੂੰ ਕਹਿੰਦੇ ਸਨ ਕਿ ਤੁਸੀਂ ਪਰਮਾਤਮਾ ਦੀ ਗੱਲ ਨਹੀਂ ਕਰਦੇ ਉਹ ਕਹਿੰਦਾ ਕਿ ਪਰਮਾਤਮਾ ਦੀ ਗੱਲ ਕੀ ਕਰੀਏ ਜੋ ਪ੍ਰੇਮ ਨੂੰ ਨਹੀਂ ਜਾਣਦਾ ਉਸ ਨਾਲ ਪਰਮਾਤਮਾ ਦੀਆਂ ਗੱਲਾਂ ਕਰਨੀਆਂ ਨਾ ਸਮਝੀਐ ਉਹ ਕਹਿੰਦਾ ਸੀ ਕਿ ਅਸੀਂ ਤਾਂ ਪ੍ਰੇਮ ਦੀਆਂ ਗੱਲਾਂ ਕਰਦੇ ਹਾਂ ਜੋ ਪ੍ਰੇਮ ਨੂੰ ਨਹੀਂ ਜਾਣਦਾ ਉਹਨੂੰ ਪਰਮਾਤਮਾ ਦੇ ਵਾਸਤੇ ਕੀ ਕਹੀਏ ਜਿਨ੍ਹਾਂ ਨੇ ਦੀਵਾ ਹੀ ਨਹੀਂ ਦੇਖਿਆ ਉਹਨਾਂ ਨੂੰ ਸੂਰਜ ਦੀ ਕੀ ਖਬਰ ਉਕੀ ਸਮਝਣ ਸੂਰਜ ਨੂੰ ਉਹ ਮਿੱਟੀ ਦੇ ਦੀਵੇ ਦੀਆਂ ਗੱਲਾਂ ਕਰਦੇ ਹਨ ਸੂਰਜ ਦੀਆਂ ਗੱਲਾਂ ਨਹੀਂ ਕਰਦੇ ਤੇ ਜਿਸ ਨੇ ਦੀਵਾ ਦੇਖਿਆ ਉਸ ਨਾਲ ਵੀ ਕੀ ਸੂਰਜ ਦੀਆਂ ਗੱਲਾਂ ਕਰੀਏ ਕਿਉਂਕਿ ਜਿਸ ਨੇ ਦੀਵਾ ਦੇਖ ਲਿਆ ਉਹਨੇ ਸੂਰਜ ਵੀ ਦੇਖ ਲਿਆ ਉਹ ਕਹਿੰਦਾ ਸੀ ਕਿ ਅਸੀਂ ਪਰਮਾਤਮਾ ਦੀਆਂ ਗੱਲਾਂ ਨਹੀਂ ਕਰਦੇ ਉਹ ਪ੍ਰੇਮ ਦੀ ਗੱਲ ਕਰਦਾ ਸੀ ਇੱਕ ਦਿਨ ਇੱਕ ਪੰਡਤ ਪਹੁੰਚਿਆ ਤੇ ਉਸਨੇ ਕਿਹਾ ਕਿ ਪ੍ਰੇਮ ਹੀ ਪ੍ਰੇਮ ਰਿਟੇ ਜਾਂਦੇ ਹੋ ਇਹ ਵੀ ਪਤਾ ਹੈ ਕਿ ਪ੍ਰੇਮ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਪੰਡਤ ਹਮੇਸ਼ਾ ਹੀ ਪੁੱਛਦਾ ਕਿੰਨੇ ਤਰ੍ਹਾਂ ਦਾ ਪ੍ਰੇਮ ਹੁੰਦਾ ਹੈ ਕਿੰਨੇ ਤਰ੍ਹਾਂ ਦੇ ਸੱਚ ਹੁੰਦੇ ਹੈ ਕਿੰਨੇ ਤਰ੍ਹਾਂ ਦੇ ਰੱਬ ਹੁੰਦੇ ਹੈ ਉਹ ਹਰ ਥਾਂ ਇਹ ਹੀ ਸਵਾਲ ਪੁੱਛਦਾ ਹੈ ਉਸ ਪੰਡਤ ਨੇ ਵੀ ਫਕੀਰ ਤੋਂ ਪੁੱਛਿਆ ਕਿੰਨੇ ਤਰ੍ਹਾਂ ਦਾ ਪ੍ਰੇਮ ਹੁੰਦਾ ਹੈ ਉਹ ਫਕੀਰ ਬੋਲਿਆ ਹੈਰਾਨ ਕਰ ਦਿੱਤਾ ਤੁਸੀਂ ਪ੍ਰੇਮ ਤਾਂ ਸੀ ਜਾਣਦੇ ਆ ਤਰ੍ਹਾਂ ਦਾ ਤਾਂ ਅਜ ਤੱਕ ਕੋਈ ਪਤਾ ਨਹੀਂ ਲੱਗਿਆ ਇਹ ਤਰ੍ਹਾਂ ਕੀ ਹੁੰਦਾ ਹੈ ਪ੍ਰੇਮ ਵਿੱਚ ਤਰ੍ਹਾਂ ਪੰਡਤ ਹੱਸਿਆ ਉਹਨੇ ਕਿਹਾ ਹੱਸਣ ਦੀ ਵਾਰੀ ਮੇਰੀ ਹੈ اپنی ਝੋਲੀ ਚੋਂ ਇੱਕ ਕਿਤਾਬ ਕੱਢੀ ਤੇ ਕਿਹਾ ਇਹ ਕਿਤਾਬ ਦੇਖੋ ਇਸ ਵਿੱਚ ਲਿਖਿਆ ਹੈ ਕਿ ਪ੍ਰੇਮ ਪੰਜ ਕਿਸਮ ਦਾ ਹੁੰਦਾ ਹੈ ਤੇ ਤੁਸੀਂ ਪ੍ਰੇਮ ਪ੍ਰੇਮ ਦੀ ਬਕਵਾਸ ਕਰ ਰਹੇ ਹੋ ਪਰ ਉਹਦੀਆਂ ਕਿਸਮਾਂ ਤੱਕ ਦਾ ਤੁਹਾਨੂੰ ਪਤਾ ਨਹੀਂ ਕੀ ਸਵਾ ਤੁਹਾਨੂੰ ਪ੍ਰੇਮ ਦਾ ਪਤਾ ਹੋਏਗਾ ਅਜੇ ਪ੍ਰੇਮ ਦਾ ਊੜਾੜਾ ਵੀ ਨਹੀਂ ਆਉਂਦਾ ਅਜੇ ਇਹਦੀਆਂ ਕਿਸਮਾਂ ਦਾ ਵੀ ਪਤਾ ਨਹੀਂ ਇਹ ਤਾਂ ਪਹਿਲੀ ਜਮਾਤ ਹੈ ਪ੍ਰੇਮ ਦੀ ਪਹਿਲਾਂ ਕਿਸਮਾਂ ਸਿੱਖੋ ਪ੍ਰੇਮ ਦੇ ਸਬੰਧ ਵਿੱਚ ਸ਼ਾਸਤਰ ਪੜੋ ਪ੍ਰੇਮ ਦੀ ਅਸੂਲ ਸਿੱਖੋ ਫਿਰ ਪ੍ਰੇਮ ਦੀਆਂ ਗੱਲਾਂ ਕਰਨਾ ਉਹ ਫਕੀਰ ਬੋਲਿਆ ਭੁੱਲ ਹੋ ਗਈ ਅਸੀਂ ਤਾਂ ਪ੍ਰੇਮ ਹੀ ਕਰਨ ਲੱਗ ਪਏ ਇਹ ਤਾਂ ਗਲਤੀ ਹੋ ਗਈ ਕਿਸਮਾ ਸਿੱਖਣ ਵਾਸਤੇ ਪ੍ਰੇਮ ਦੇ ਕਿਸੇ ਵਿਦਿਆਲੇ 'ਚ ਭਰਤੀ ਹੋਣਾ ਸੀ ਮੈਂ ਨਹੀਂ ਹੋ ਸਕਿਆ ਇਹ ਗਲਤੀ ਹੋ ਗਈ ਪੰਡਤ ਨੇ ਕਿਹਾ ਸੁਣੋ ਮੈਂ ਤੁਹਾਨੂੰ ਆਪਣਾ ਸ਼ਾਸਤਰ ਸੁਣਾਉਂਦਾ ਹਾਂ ਉਹਨੇ ਸ਼ਾਸਤਰ ਸੁਣਾਇਆ ਬੁੜੀ ਵੱਡੀ ਵੀ ਆਖਿਆ ਕੀਤੀ ਜਿਹੀ ਕਿ ਪੰਡਤਾਂ ਦੀ ਹਮੇਸ਼ਾ ਆਦਤ ਰਹੀ ਹੈ ਉਪਾਰੀ ਵਿਆਖਿਆਵਾਂ ਕਰਦੇ ਰਹੇ ਹਨ ਬਿਨਾ ਇਹ ਜਾਣੇ ਕਿ ਜਿਸ ਦੀ ਉਹ ਵਿਆਖਿਆ ਕਰ ਰਹੇ ਹਨ ਉਹ ਕਿਤੇ ਹੈ ਹੀ ਨਹੀਂ ਉਹਨੇ ਬੜੀ ਬਰੀਕ ਵਿਆਖਿਆ ਕੀਤੀ ਬੜੇ ਸੂਖਮ ਤਰਕ ਦਿੱਤੇ ਜਵਾਬ ਦਿੱਤੇ ਫਕੀਰ ਸ਼ਾਂਤੀ ਨਾਲ ਸੁਣਦਾ ਰਿਹਾ ਪੰਡਤ ਨੇ ਸੋਚਿਆ ਠੀਕ ਹੈ ਫਕੀਰ ਪ੍ਰਭਾਵਿਤ ਹੈ ਕਿਉਂਕਿ ਉਹ ਤਾਂ ਇੱਕ ਹੀ ਗੱਲ ਜਾਣਦਾ ਹੈ ਜਾਂ ਤਾਂ ਬਹਿਸ ਕਰੋ ਜਾਂ ਫਿਰ ਸ਼ਾਂਤ ਰਹੋ ਬਹਿਸ ਨਾ ਕਰੋ ਉਹਨੇ ਦੇਖਿਆ ਫਕੀਰ ਬਹਿਸ ਨਹੀਂ ਕਰਦਾ ਤਾਂ ਮੰਨ ਰਿਹਾ ਹੈ ਤਦ ਉਹਨੇ ਕਿਹਾ ਸੁਣੀ ਭਰੀ ਗੱਲ ਸਮਝ ਆਈ ਕਿਹੋ ਜਿਹਾ ਲੱਗਿਆ ਮੇਰੀ ਗੱਲ ਸੁਣ ਕੇ ਤੁਹਾਨੂੰ ਕਿਹੋ ਜਿਹਾ ਲੱਗਿਆ ਉਸ ਫਕੀਰ ਨੇ ਕਿਹਾ ਮੈਨੂੰ ਅਜਿਹਾ ਲੱਗਿਆ ਉਹਨੇ ਗੀਤ ਗਾਇਆ ਖੜੇ ਹੋ ਕੇ ਫਕੀਰ ਨੱਚਿਆ ਤੇ ਬੋਲਿਆ ਮੈਨੂੰ ਅਜਿਹਾ ਲੱਗਿਆ ਜਿਵੇਂ ਇੱਕ ਵਾਰ ਸ਼ਾਇਦ ਕਿਤੇ ਤੁਸੀਂ ਸੁਣਿਆ ਹੋਵੇ ਜਿਸ ਰਾਇਕ ਵਾਰ ਫੁੱਲਾਂ ਦੀ ਬਗੀਚੀ ਵਿੱਚ ਇੱਕ ਸੋਨੇ ਦਾ ਜ਼ੋਹਰੀ ਸੋਨੇ ਨੂੰ ਪਰਖਣ ਵਾਲਾ ਪੱਥਰ ਲੈ ਕੇ ਆ ਗਿਆ ਮਾਲੀ ਨੂੰ ਕਹਿਣ ਲੱਗਾ ਦੇਖੋ ਕਿਹੜੇ-ਕਿਹੜੇ ਫੁੱਲ ਸੱਚੇ ਹਨ ਤੇ ਮੈਂ ਹੁਣੇ ਪਤਾ ਲਗਾਉਣਾ ਤੇ ਆਪਣੇ ਉਸ ਪਰਖ ਪੱਥਰ ਕਸਵੱਟੀ ਉੱਤੇ ਫੁੱਲਾਂ ਨੂੰ ਘਸਾ ਘਸਾ ਕੇ ਵੇਖਣ ਲੱਗਾ ਤਾਂ ਸਾਰੇ ਫੁੱਲ ਕੱਚੇ ਸਾਬਤ ਹੋ ਗਏ ਸਾਰੇ ਫੁੱਲ ਝੂਠੇ ਸਾਬਤ ਹੋਣ ਤੇ ਜਿਹੋ ਜਿਹ ਮਾਲੀ ਨੂੰ ਲੱਗਿਆ ਸੀ ਉਵੇਂ ਮੈਨੂੰ ਵੀ ਲੱਗਿਆ ਜਦੋਂ ਤੁਸੀਂ ਪ੍ਰੇਮ ਦੀਆਂ ਕਿਸਮਾਂ ਦੱਸਣ ਲੱਗੇ ਪ੍ਰੇਮ ਦੀ ਭਾਸ਼ਾ ਅਪ ਭੇਦ ਦੀ ਭਾਸ਼ਾ ਹੈ ਗਿਆਨ ਦੀ ਭਾਸ਼ਾ ਭੇਦ ਦੀ ਭਾਸ਼ਾ ਗਿਆਨ ਤੋੜਦਾ ਹੈ ਗਿਆਨ ਵਿਸ਼ਲੇਸ਼ਣ ਕਰਦਾ ਹੈ ਐਨਾਲਿਸਿਸ ਕਰਦਾ ਹੈ ਪ੍ਰੇਮ ਜੋੜਦਾ ਹੈ ਜੋੜਨਾ ਤੇ ਤੋੜਨਾ ਵਿਗਿਆਨ ਤੋੜਦਾ ਹੈ ਤੋੜਦਾ ਹੀ ਚੱਲਿਆ ਜਾਂਦਾ ਹੈ ਅਖੀਰ 'ਚ ਮਿਲਦਾ ਐਟਮ ਅਣੂ ਜੋ ਕਿ ਆਖਰੀ ਟੁਕੜਾ ਹੈ ਪ੍ਰੇਮ ਧਰਮ ਜੋੜਦਾ ਚੱਲਿਆ ਜਾਂਦਾ ਹੈ ਜੋੜਦਾ ਹੀ ਚੱਲਿਆ ਜਾਂਦਾ ਹੈ ਅਖੀਰ ਵਿੱਚ ਮਿਲਦਾ ਹੈ ਪਰਮਾਤਮਾ ਵਿਗਿਆਨ ਪਰਮਾਣੂ ਤੱਕ ਪਹੁੰਚਦਾ ਹੈ ਕਿਉਂਕਿ ਤੋੜਦਾ ਹੈ પ્રેમ ਪਰਮਾਤਮਾ ਤੱਕ ਪਹੁੰਚਦਾ ਹੈ ਕਿਉਂਕਿ ਜੋੜਦਾ ਹੈ ਜੋੜਨ ਨਾਲ ਦਵਾਰ ਮਿਲੇਗਾ ਪਰਮਾਤਮਾ ਦਾ ਤੋੜਨ ਨਾਲ ਨਹੀਂ ਇਸ ਵਾਸਤੇ ਪਹਿਲਾ ਸੂਤਰ ਗਿਆਨ ਛੱਡਣਾ ਦੂਸਰਾ ਸੂਤਰ ਪ੍ਰੇਮ ਨੂੰ ਫੈਲਣ ਦਿਓ ਵਿਕਸਿਤ ਹੋਣ ਦਿਓ ਪਰ ਕਿਵੇਂ ਫੈਲੇਗਾ ਪ੍ਰੇਮ ਕਿਵੇਂ ਵਿਕਸਿਤ ਹੋਏਗਾ ਕੀ ਕੋਈ ਜ਼ਬਰਦਸਤੀ ਹੈ ਕੀ ਜ਼ਬਰਦਸਤੀ ਕਿਸੇ ਨੂੰ ਜਾ ਕੇ ਪ੍ਰੇਮ ਕਰਨਾ ਸ਼ੁਰੂ ਕਰਦੇ ਹੋਗੇ ਅਜਿਹੇ ਲੋਕ ਵੀ ਹਨ ਜੋ ਜ਼ਬਰਦਸਤੀ ਪ੍ਰੇਮ ਕਰਦੇ ਹਨ ਇਹ ਸਾਸ ਵਿੱਚ ਕਿ ਸ਼ਾਇਦ ਪਰਮਾਤਮਾ ਮਿਲ ਜਾਏ ਸੇਵਾ ਕਰਦੇ ਹਨ ਇੱਕ ਸਕੂਲ ਚ ਪਾਦਰੀ ਨੇ ਬੱਚਿਆਂ ਨੂੰ ਸਮਝਾਇਆ ਕਿ ਤੁਸੀਂ ਪ੍ਰੇਮ ਕਰੋ ਸੇਵਾ ਕਰੋ ਬਿਨਾ ਇੱਕ ਸੇਵਾ ਦਾ ਕੰਮ ਕੀਤੇ ਸੌਵੇਂ ਨਾ ਦੂਸਰੇ ਦਿਨ ਉਹਨੇ ਬੱਚਿਆਂ ਤੋਂ ਪੁੱਛਿਆ ਤੁਸੀਂ ਕੋਈ ਸੇਵਾ ਦਾ ਪ੍ਰੇਮ ਦਾ ਕੰਮ ਕੀਤਾ ਤਿੰਨ ਬੱਚਿਆਂ ਨੇ ਹੱਥ ਖੜੇ ਕੀਤੇ ਕਿਹਾ ਕਿ ਅਸੀਂ ਕੀਤਾ ਬੜਾ ਖੁਸ਼ ਹੋਇਆ ਪਾਦਰੀ ਤੀ ਬੱਚੇ ਸਨ ਘਟੂ ਘਟ ਤਿੰਨਾਂ ਨੇ ਤਾਂ ਗੱਲ ਮੰਨੀ ਇੱਕ ਬੱਚੇ ਨੂੰ ਖੜਾ ਕੀਤਾ ਉਹਨੂੰ ਪੁੱਛਿਆ ਤੂੰ ਪ੍ਰੇਮ ਦਾ ਕੰਮ ਕੀਤਾ ਬੱਚੇ ਨੇ ਕਿਹਾ ਮੈਂ ਇੱਕ ਬੁੱਢੀ ਇਸਤਰੀ ਨੂੰ ਸੜਕ ਪਾਰ ਕਰਾਈ ਸੀ ਪਾਦਰੀ ਨੇ ਕਿਹਾ ਧੰਨਵਾਦ ਬਹੁਤ ਚੰਗਾ ਕੀਤਾ ਦੂਜੇ ਨੂੰ ਪੁੱਛਿਆ ਤੂੰ ਕੀ ਕੀਤਾ ਉਹਨੇ ਕਿਹਾ ਮੈਂ ਵੀ ਇੱਕ ਬੁੱਢੀ ਇਸਤਰੀ ਨੂੰ ਸੜਕ ਪਾਰ ਕਰਾਈ ਸੀ ਪਾਦਰੀ ਨੂੰ ਥੋੜਾ ਖਿਆਲ ਆਇਆ ਕਿ ਇਹਨਾਂ ਦੋਹਾਂ ਨੇ ਇੱਕ ਹੀ ਕੰਮ ਕੀਤਾ ਉਹਨੇ ਕਿਹਾ ਤੂੰ ਵੀ ਚੰਗਾ ਕੀਤਾ ਤੀਜੇ ਬੱਚੇ ਨੂੰ ਪੁੱਛਿਆ ਕਿ ਤੂੰ ਕੀ ਕੀਤਾ ਉਹਨੇ ਕਿਹਾ ਮੈਂ ਵੀ ਇੱਕ ਬੁੱਢੀ ਇਸਤਰੀ ਨੂੰ ਸੜਕ ਪਾਰ ਕਰਾਈ ਸੀ ਪਾਦਰੀ ਥੋੜਾ ਹੈਰਾਨ ਹੋਇਆ ਉਹਨੇ ਕਿਹਾ ਕੀ ਤੁਸੀਂ ਤਿੰਨਾਂ ਨੇ ਇੱਕ ਹੀ ਸੇਵਾ ਦਾ ਕੰਮ ਕੀਤਾ ਤੁਹਾਨੂੰ ਤਿੰਨ ਬੁੜੀਆਂ ਇਸਤਰੀਆਂ ਮਿਲ ਗਈਆਂ ਜਿਨ੍ਹਾਂ ਨੂੰ ਸੜਕ ਪਾਰ ਕਰਾਈ ਉਹਨਾਂ ਨੇ ਕਿਹਾ ਨਹੀਂ ਤੁਸੀਂ ਗਲਤ ਸਮਝੇ ਤਿੰਨ ਨਹੀਂ ਸਨ ਬੁੱਢੇ ਤਾਂ ਇੱਕ ਹੀ ਸੀ ਅਸੀਂ ਤਿੰਨਾਂ ਨੇ ਉਹਨੂੰ ਪਾਰ ਕਰਾਇਆ ਉਹਨੇ ਪੁੱਛਿਆ ਕਿ ਕੀ ਤੁਹਾਡੇ ਤਿੰਨ ਜਣਿਆਂ ਦੀ ਲੋੜ ਪਈ ਉਹਨੂੰ ਪਾਰ ਕਰਾਉਣ ਚ ਉਹਨਾਂ ਬੱਚਿਆਂ ਨੇ ਕਿਹਾ ਉਹ ਪਾਰ ਹੋਣਾ ਨਹੀਂ ਚਾਹੁੰਦੀ ਸੀ ਅਸੀਂ ਜ਼ਬਰਦਸਤੀ ਕਿਸੇ ਤਰ੍ਹਾਂ ਪਾਰ ਕੀਤਾ ਉਹ ਤਾਂ ਭੱਜਦੀ ਸੀ ਪਾਰ ਹੋਣਾ ਹੀ ਨਹੀਂ ਸੀ ਚਾਹੁੰਦੀ ਇਹ ਜੋ ਸੇਵਕ ساری ਦੁਨੀਆ 'ਚ ਸੇਵਾ ਤੇ ਸਰਵਿਸ ਕਰਦੇ ਹੋਏ ਦਿਖਾਈ ਪੈਂਦੇ ਆ ਇਹ ਉਸੇ ਤਰ੍ਹਾਂ ਦੇ ਖਤਰਨਾਕ ਲੋਕ ਹਨ ਇਹਨਾਂ ਤੋਂ ਜ਼ਿਆਦਾ ਮਿਸਟਰੀਅਸ ਆਧੁਨਿਕ ਦੁਨੀਆ 'ਚ ਕੋਈ ਨਹੀਂ ਇਹ ਜ਼ਬਰਦਸਤੀ ਸੇਵਾ ਕਰੀ ਚਲੀ ਜਾਂਦੇ ਆ ਇਹ ਉਹਨਾਂ ਬੁੱਢੇ ਲੋਕਾਂ ਨੂੰ ਸੜਕ ਪਾਰ ਕਰਵਾ ਦਿੰਦੇ ਆ ਜਿਨ੍ਹਾਂ ਨੇ ਪਾਰ ਕਰਨੀ ਨਹੀਂ ਹੁੰਦੀ ਦੁਨੀਆ 'ਚ ਅਜਿਹੇ ਸੇਵਕਾਂ ਨੇ ਜਿੰਨਾ ਉਪਦਰ ਕੀਤਾ ਉਹਨਾਂ ਕਿਸੇ ਨੇ ਨਹੀਂ ਕੀਤਾ ਇਹ ਸੋਚਦੇ ਹਨ ਕਿ ਸਤ੍ਰਾਂ ਉਹ ਆਪਣੀ ਮੁਕਤੀ ਦਾ ਇੰਤਜ਼ਾਮ ਕਰ ਰਹੇ ਹਨ ਤੁਹਾਨੂੰ ਕੀ ਫਿਕਰ ਹੈ ਕਿਸੇ ਨੇ ਸੜਕ ਪਾਰ ਕਰਨੀ ਹੈ ਜਾਂ ਨਹੀਂ ਕਰਨੀ ਪਰ ਸੇਵਕ ਤਾਂ ਆਪਣੀ ਮੁਕਤੀ ਦਾ ਇੰਤਜ਼ਾਮ ਕਰ ਰਹੇ ਹਨ ਤੁਸੀਂ ਪਾਰ ਕਰਨੀ ਹੈ ਜਾਂ ਨਹੀਂ ਪਰ ਸੇਵਕ ਪਾਰ ਕਰਾਈ ਦਿੰਦੇ ਆ ਇਸ ਤਰ੍ਹਾਂ ਜ਼ਬਰਦਸਤੀ ਪ੍ਰੇਮ ਤੇ ਸੇਵਾ ਨਹੀਂ ਹੁੰਦੀ ਪ੍ਰੇਮ ਦੇਣ 'ਚ ਕੋਈ ਵੀ ਅੜਿੱਕਾ ਨਹੀਂ ਪ੍ਰੇਮ ਤੁਹਾਡਾ ਪ੍ਰਾਣ ਬਣੇ ਇਹ ਚੰਗਾ ਹੈ ਪਰ ਪ੍ਰੇਮ ਤੋਂ ਤੁਹਾਡਾ ਪ੍ਰਾਨ ਕਿਵੇਂ ਬਣੇਗਾ ਕਿਵੇਂ ਸੰਭਵ ਹੋਏਗਾ ਕਿ ਪ੍ਰੇਮ ਤੁਹਾਡੇ ਤੇ ਪ੍ਰਵਾਹਿਤ ਹੋ ਉਠੇ ਇੱਕ ਛੋਟੀ ਜੀ ਗੱਲ ਜੇ ਖਿਆਲ ਚ ਆ ਜਾਏ ਤਾਂ ਪ੍ਰੇਮ ਨੂੰ ਪ੍ਰਵਾਹਿਤ ਹੋਣ ਦੇ ਵਿੱਚ ਕੋਈ ਅੜਿੱਕਾ ਨਹੀਂ ਹੈ ਉਹ ਛੋਟੀ ਜੀ ਗੱਲ ਇਹ ਹੈ ਕਿ ਇਹ ਨਹੀਂ ਕਿ ਤੁਹਾਡੇ ਪ੍ਰੇਮ ਤੋਂ ਦੂਜਿਆਂ ਨੂੰ ਲਾਭ ਹੋਏਗਾ ਬਲਕਿ ਛੋਟੀ ਜੀ ਗੱਲ ਇਹ ਹੈ ਕਿ ਪ੍ਰੇਮ ਦੇ ਇਲਾਵਾ ਤੁਸੀਂ ਕਦੀ ਵੀ ਆਨੰਦ ਵਿੱਚ ਪ੍ਰਵੇਸ਼ ਨਹੀਂ ਕਰ ਸਕੋਗੇ ਪ੍ਰੇਮ ਆਨੰਦ ਨੂੰ ਸੱਦਾ ਦਿੰਦਾ ਹੈ ਪ੍ਰੇਮ ਕਿਸੇ ਦਾ ਕਲਿਆਣ ਨਹੀਂ ਹੈ ਪ੍ਰੇਮ ਤੋਂ ਵੱਡਾ ਹੀ ਆਨੰਦ ਹੈ ਕਦੇ ਤੁਸੀਂ ਅਜੇ ਆਨੰਦ ਜਾਣੇ ਹਨ ਜੋ ਪ੍ਰੇਮ ਤੋਂ ਸਿਵਾਏ ਹੋਰ ਛੋਨੇ ਰਿਹਾ ਹੋਵੇ ਜਦੋਂ ਵੀ ਤੁਸੀਂ ਆਨੰਦ 'ਚ ਰਹੇ ਹੋਗੇ ਤਾਂ ਜ਼ਰੂਰ ਪ੍ਰੇਮ ਦੀ ਦਸ਼ਾ ਵਿੱਚ ਆਨੰਦ 'ਚ ਰਹੇ ਹੋਗੇ ਪ੍ਰੇਮ ਵਿੱਚ ਆਪੇ ਨੂੰ ਗੋਣਾ ਪੈਂਦਾ ਹੈ ਛੱਡਣਾ ਪੈਂਦਾ ਹੈ ਆਪੇ ਨੂੰ ਛੱਡਣ ਦੀ ਸਮਰਥਾ ਜਿਸਚ ਹੈ ਉਹਦੇ ਅੰਦਰ ਹੀ ਉਹਦੇ ਪ੍ਰਾਣ ਪ੍ਰੇਮ ਨਾਲ ਭਰ ਸਕਦੇ ਹੈ ਅਸੀਂ ਆਪੇ ਨੂੰ ਜ਼ਰਾ ਵੀ ਛੱਡਣ ਨੂੰ ਰਾਜ਼ੀ ਨਹੀਂ ਹਾਂ ਅਸੀਂ ਆਪੇ ਨੂੰ ਗੋਣ ਲਈ ਰਾਜ਼ੀ ਨਹੀਂ ਹਾਂ ਅਸੀਂ ਤਾਂ ਆਪਣੇ ਨੂੰ ਬਚਾਉਣਾ ਚਾ ਰਹੇ ਆ ਇੱਕ ਰਾਜੇ ਦਾ ਰੱਥ ਸਵੇਰੇ-ਸਵੇਰੇ ਸੜਕ ਤੇ ਆਇਆ ਘਟਾ ਉਡਾਉਂਦਾ ਜਿਵੇਂ ਸਾਰੇ ਰਾਜਿਆਂ ਦੇ ਰੱਥ ਘਟਾ ਉਡਾਉਂਦੇ ਹੀ ਕੀ ਪਤਾ ਕਿੰਨੇ ਲੋਕਾਂ ਦੀਆਂ ਅੱਖਾਂ ਉਸ ਨਾਲ ਅੰਨੀਆਂ ਹੋ ਜਾਂਦੀਆਂ ਉਸ ਰਾਜੇ ਦਾ ਰੱਥ ਵੀ ਘਟਾ ਉਡਾਉਂਦਾ ਹੋਇਆ ਆਇਆ ਇੱਕ ਭਿਖਾਰੀ ਬ੍ਰਾਹਮਣ ਸਵੇਰੇ-ਸਵੇਰੇ ਘਰੋਂ ਬਾਹਰ ਨਿਕਲੀ ਆਈ ਸੀ ਆਪਣੀ ਝੋਲੀ ਲੈ ਕੇ ਭੀਖ ਮੰਗਣ ਆ ਝੋਲੀ ਖਾਲੀ ਸੀ ਪਰ ਉਹ ਬਿਲਕੁਲ ਖਾਲੀ ਨਹੀਂ ਸੀ ਝੋਲੀ 'ਚ ਛੋਲਿਆਂ ਦੇ ਕੁਝ ਦਾਣੇ ਚੌਲਾਂ ਦੇ ਕੁਝ ਦਾਣੇ ਉਹਨੇ ਰੱਖ ਲਏ ਸੀ ਭਿਖਾਰੀ ਵੀ ਬਹੁਤ ਸਾਰੀਆਂ ਗੱਲਾਂ ਜਾਣਦੇ ਐ ਝੋਲੀ ਜੇਕਰ ਖਾਲੀ ਹੋਵੇ ਤਾਂ ਦੇਣ ਵਾਲਾ ਦੇਣ ਵਿੱਚ ਜ਼ਰਾ ਅਰਚਣ ਪੈਦਾ ਕਰਦਾ ਹੈ ਝੋਲੀ ਕੁਝ ਭਰੀ ਹੋਵੇ ਤਾਂ ਦੇਣ ਵਾਲੇ ਨੂੰ ਲੱਗਦਾ ਹੈ ਕਿ ਹੋਰਾਂ ਨੇ ਵੀ ਦਿੱਤਾ ਐ ਅਸੀਂ ਵੀ ਦੇ ਦਈਏ ਸੋ ਸਾਰੇ ਭਿਖਾਰੀ ਆਪਣੀ ਝੋਲੀ ਵਿੱਚ ਥੋੜੇ ਜਿਹੇ ਦਾਣੇ ਰੱਖ ਕੇ ਬਾਹਰ ਨਿਕਲਦੇ ਹਨ ਤੇ ਜਿੱਥੇ ਕੋਈ ਮੌਜੂਦ ਹੋਵੇ ਤੇ ਨਾ ਪਾ ਕੇ ਨਿਕਲਦੇ ਹੋਣ ਤਾਂ ਗਲਤੀ ਕਰਦੇ ਹਨ ਪਾ ਕੇ ਨਿਕਲਣਾ ਚਾਹੀਦਾ ਹੈ ਇਥੇ ਬਹੁਤ ਸਾਰੇ ਮੌਜੂਦ ਹੋਣਗੇ ਕਿਉਂਕਿ ਜਿਹੜੇ ਆਦਮੀ ਲੱਭਣਾ ਮੁਸ਼ਕਿਲ ਹੈ ਜੋ ਭਿਖਾਰੀ ਨਾ ਹੋਵੇ ਜੋ ਕੋਈ ਵੀ ਭੀਖ ਮੰਗ ਰਿਹਾ ਉਹ ਭਿਖਾਰੀ ਹੈ ਸਾਹਮਣੇ ਇਹ ਸੂਰਜ ਨਿਕਲਦਾ ਸੀ ਰਾਜੇ ਦਾ ਰੱਥ ਵੀ ਆ ਗਿਆ ਭਿਖਾਰੀ ਨੇ ਕਿਹਾ ਧੰਨ ਹਨ ਮੇਰੇ ਭਾਗ ਰੋਜ਼ ਰੋਜ਼ ਤਾਂ ਰਾਜੇ ਦੇ ਦੁਆਰ ਤੇ ਸੰਤਰੀ ਤੋਂ ਥੋੜੇ ਜਿਹੀ ਭੀਖ ਦੇ ਦਾਣੇ ਲੈ ਕੇ ਵਾਪਸ ਆ ਜਾਂਦਾ ਸੀ ਰਾਜੇ ਦਾ ਦਰਸ਼ਨ ਭਿਖਾਰੀ ਨੂੰ ਕਿਵੇਂ ਹੋਵੇ ਰਾਜੇ ਦੇ ਦਰਸ਼ਨ ਵਾਸਤੇ ਖੁਦ ਰਾਜਾ ਹੋਣਾ ਚਾਹੀਦਾ ਹੈ। ਉਸੇ ਭਿਖਾਰੀ ਅੱਜ ਸੁਭਾਗ ਸੀ ਕਿ ਰਾਜਾ ਰਾਜ ਮਿਲ ਗਿਆ ਤੇ ਉਹਨੇ ਕਿਹਾ ਅੱਜ ਤਾਂ ਰੱਥ ਨੂੰ ਰੋਕ ਕੇ ਝੋਲੇ ਫਿਲਾ ਦੇਗਾ ਤੇ ਜਨਮ ਜਨਮ ਨੂੰ ਸਫਲ ਸਫਲ ਹੋ ਜਾਏਗਾ। ਰੱਥ ਆ ਗਿਆ, ਰੱਥ ਰੁਕ ਵੀ ਗਿਆ, ਰਾਜਾ ਥੱਲੇ ਵੀ ਉਤਰ ਆਇਆ। ਪਰ ਭਿਖਾਰੀ ਤਾਂ ਆਖਿਰ ਭਿਖਾਰੀ ਸੀ ਉਹ ਇੰਨਾ ਘਬਰਾ ਗਿਆ ਕਿ ਰਾਜੇ ਦੇ ਸਾਹਮਣੇ ਭੁੱਲ ਹੀ ਗਿਆ ਕਿ ਝੋਲੀ ਫਿਲਾਉਣੀ ਹੈ। ਇਤੋਂ ਪਹਿਲਾਂ ਕਿ ਉਹਨੂੰ ਯਾਦ ਆਵੇ ਝੋਲੀ ਝੋਲੀ ਫਲਾਵੇ ਰਾਜੇ ਨੇ ਖੁਦ ਆਪਣੀ ਝੋਲੀ ਉਹਦੇ ਸਾਹਮਣੇ ਫਲਾ ਦਿੱਤੀ ਅਜੇ ਆ ਮਜ਼ਾਕ ਕਦੀ ਕਦੀ ਹੋ ਜਾਂਦਾ ਹੈ ਭਿਖਾਰੀ ਦੇ ਸਾਹਮਣੇ ਰਾਜਾ ਆਪਣੀ ਝੋਲੀ ਫਲਾ ਦਿੰਦਾ ਹੈ ਭਿਖਾਰੀ ਬੜੀ ਮੁਸ਼ਕਿਲ 'ਚ ਪੈ ਗਿਆ ਉਸ ਭਿਖਾਰੀ ਦੀ ਪੀੜ ਅਨੁਭਵ ਕਰ ਸਕਦੇ ਆ ਸਭ ਅਨੁਭਵ ਕਰ ਸਕਦੇ ਆ ਕਿਉਂਕਿ ਉਹਨੇ ਕਦੇ ਦਿੱਤਾ ਨਹੀਂ ਹਮੇਸ਼ਾ ਪਾਇਆ ਹੈ ਉਹਨੇ ਕਦੇ ਦੇਣ ਦੀ ਕਲਪਨਾ ਵੀ ਨਹੀਂ ਕੀਤੀ ਉਹਨੇ ਹਮੇਸ਼ਾ ਮੰਗਿਆ ਦੇਣਾ ਉਹ ਜਾਣਦਾ ਹੀ ਨਹੀਂ ਤੁਸੀਂ ਜਾਣਦੇ ਹੋ ਦੇਣਾ ਦੇਣਾ ਮੁਸ਼ਕਲ ਨਾਲ ਹੀ ਕਦੀ ਕੋਈ ਜਾਣਦਾ ਹੈ ਦੇਣਾ ਕੋਈ ਨਹੀਂ ਚਾਹੁੰਦਾ ਪਾਉਣਾ ਸਾਰੇ ਚਾਹੁੰਦੇ ਆ ਉਹਨੇ ਵੀ ਨਹੀਂ ਜਾਣਿਆ ਸੀ ਉਹ ਵੀ ਇੱਕ ਸਧਾਰਨ ਬੰਦਾ ਸੀ ਵਿਚਾਰਾ ਉਹਦੇ ਹੱਥ ਝੋਲੀ 'ਚ ਚਲੇ ਜਾਂਦੇ ਸਨ ਖਾਲੀ ਵਾਪਸ ਪਰਤ ਆਉਂਦੇ ਸਨ ਉਹਦੀ ਹਿੰਮਤ ਕਦੀ ਨਾ ਹੋ ਸਕੇ ਕਿ मुट्ठी 'ਤੇ ਦਾਣੇ ਉਹਦੀ ਝੋਲੀ 'ਚ ਪਾ ਦਿਆਂ ਮੁट्ठी 'ਤੇ ਦਾਣੇ ਦੇਣਾ ਮੁਸ਼ਕਲ ਹੈ ਪਰ ਰਾਜ ਨੇ ਕਿਹਾ ਛੇਤੀ ਕਰੋ ਮੈਂ ਜਾਣਾਂ ਜੋ ਵੀ ਦੇ ਸਕੋ ਦੇ ਦਿਓ ਇਨਕਾਰ ਕਰਨਾ ਵੀ ਮੁਸ਼ਕਲ ਸੀ ਉਨੇ ਮੁਸ਼ਕਲ ਨਾਲ ਬਹੁਤ ਮੁਸ਼ਕਲ ਨਾਲ ਚੌਲਾਂ ਦਾ ਇੱਕ ਦਾਣਾ ਕੱਢਿਆ ਰਾਜੀ ਦੀ ਝੋਲੀ 'ਚ ਪਾ ਦਿੱਤਾ ਹਿੰਮਤ ਤਾਂ ਕੀਤੀ ਇੱਕ ਦਾਣਾ ਵੀ ਦੇਣ ਦੀ ਹਿੰਮਤ ਕੌਣ ਕਰਦਾ ਰਾਜਾ ਮੁੜਿਆ ਰੱਥ 'ਚ ਬੈਠਾ ਤੇ ਚਲਾ ਗਿਆ